ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਬਲਵੰਤ ਸਿੰਘ ਰਾਮੂਵਾਲੀਆ ਦਾ ਦਾਅਵਾ ਹੈ ਕਿ ਪੰਜਾਬ ਦੀਆਂ 500 ਤੋਂ ਵੱਧ ਲੜਕੀਆਂ ਫਰਜ਼ੀ ਟਰੈਵਲ ਏਜੰਟਾਂ ਦਾ ਸ਼ਿਕਾਰ ਬਣ ਕੇ ਵਿਦੇਸ਼ਾਂ ਵਿੱਚ ਗੁਲਾਮੀ ਦੀ ਜ਼ਿੰਦਗੀ ਜੀਣ ਨੂੰ ਮਜਬੂਰ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ, ਸੁਣੋ ਮੇਰੀ ਗੱਲ, ਸੜਕ ਹੁੱਲੜਬਾਜ਼ ਨੂੰ ਤੇ ਪਹਿਲਾਂ ਉਹ ਗੱਡੀ ਰੋਕੂਗਾ, ਖਿੱਚ ਕੇ ਸਵਾਰੀਆਂ ਦੇ ਵਿੱਚ ਹੀ ਲੁੱਟੂਗਾ। ਟਰੈਵਲ ਏਜੰਟਾਂ ਨੂੰ 21 ਸਾਲ ਤਾਂ ਮੈਨੂੰ 21 ਸਾਲਾਂ 'ਚ ਇੱਕ ਕਰਾਈ, ਸਰਕਾਰ ਨੇ ਕਿਉਂ ਨਹੀਂ ਕਰਾਈ ਦੱਸ ਦਿਓ। ਫਿਰ ਰੁਪਈਏ ਬਣਾਉਂਦਾ ਸੀ ਕੁੱਟ ਕੋਠੀ 'ਚ, ਕਹਿੰਦੇ ਮੋੜ ਆ ਫੜੇ ਬੰਦੇ ਮੋੜ, ਇਹ ਕਿਉਂ ਨਾ ਹਿੱਲੇ। ਹੁਣ ਜੋ ਕਾਨੂੰਨ ਬਣ ਰਿਹਾ, ਪਤਾ ਨਹੀਂ, ਮੈਂ ਕਮੇਟੀ ਦਾ ਮੈਂਬਰ ਸੀ, ਸੁਸ਼ਮਾ ਸਵਰਾਜ ਨੇ ਬਣਾਈ, ਤਾਂ ਉਹਦੇ 'ਚ ਮੈਂ ਹੀ ਤਾਂ ਪਾਸ ਕਰੇ ਦੌੜ ਜਾਣ ਉਹਨਾਂ ਦੇ। ਪਰਸੋਂ ਦੇ ਟਾਈਮ ਦੀ ਖਬਰ ਹੈ ਕਿ ਉੱਥੇ ਇਹ ਕਹਿੰਦੇ ਆ ਜਾ, ਪਾਸ ਪਾਰੀਆਂ ਹਟਵਾਈਆਂ, ਜੋਰਜੀਆ, ਅਰੇਬੀਆ, ਕੁਵੈਤ ਚੁੱਕੀਆਂ, ਪਰ ਮੇਡ ਦਾ ਕੰਮ ਕਰਦੀਆਂ, ਕਿਸੇ ਨੂੰ ਫਿਕਰ? ਮੈਂ ਤਾਂ ਕੰਮ ਛੱਡ ਦਿਆਂ, ਜੇ ਮਾਨ ਤੇ ਮਨੁੱਖ ਨਾਲ ਲੜਨਾ। ਸੁਸ਼ਮਾ ਉਹਦਾ ਰੋਲ ਹੁੰਦਾ ਆ ਜਿਹੜੇ ਲੋਕ ਦੁੱਖ 'ਚ।